ਇਹਨੂੰ ਤੁਸੀਂ ਤਖ਼ਤ ਦਾ ਮਾਫ਼ੀਨਾਮਾ ਨਾ ਕਹੋ, ਕਿਉਂਕਿ ਆਪੇ ਤਾਂ ਆਪੇ ਬੇਨਤੀ ਕਰ ਲਈ। ਮਾਫ਼ ਤਾਂ ਗੁਰੂ ਨੇ ਕਰਨਾ ਸੀਗਾ। ਇੱਦਾਂ ਤਾਂ ਜਿਹੜਾ ਮਰਜ਼ੀ ਜਾ ਕੇ ਗਲਤੀ ਕਰ ਲਏਗਾ ਤਾਂ ਉੱਥੇ ਖਲੋ ਕੇ ਕਹਿ ਦੇਗਾ ਕਿ ਮੇਰੇ ਕੋਲ ਗਲਤੀ ਹੋ ਗਈ ਹੈ ਅਤੇ ਮਾਫ਼ ਕਰ ਦਿਓ ਬਸ, ਅਤੇ ਫਿਰ ਆਪਾਂ ਕਰ ਦਿਆਂਗੇ। ਜਗੀਰ ਕੌਰ ਇਹ ਨਹੀਂ ਮੰਨਦੇ ਕਿ ਉਹ ਮਾਫ਼ੀ ਮੰਗੀ ਗਈ ਹੈ। ਨਹੀਂ, ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਤਾਂ ਨਹੀਂ ਨਾ ਮੰਗੀ ਗਈ, ਕਰਦੇ ਸੀ ਹਰ ਵੇਲੇ ਭੋਗ ਤੇ ਉਹਨਾਂ ਨੇ ਮੰਗੀ ਸੀ ਬਾਦਲ ਸਾਹਿਬ ਦੀ। ਸੰਗਤ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ। ਜੇ ਉਹਨਾਂ ਨੂੰ ਲੱਗਦਾ ਕਿ ਅਸੀਂ ਨਾਲ ਤੋਰਨਾ ਹੈ ਤੇ ਉਹ ਜਿਹੜਾ ਜੇ ਮਹਿਸੂਸ ਕਰਦੇ ਉਹਨਾਂ ਨੇ ਮੈਨੂੰ ਕੱਢਿਆ ਸੀਗਾ ਤੇ ਉਹ ਮਤਾ ਜਿਹੜਾ ਰੱਦ ਕਰ ਦੇਣ, ਮੈਨੂੰ ਕੀ ਫਰਕ ਪੈਂਦਾ। ਹੋਰ ਵੀ ਟੈਲੀਫੋਨ ਕਾਫੀਆਂ ਦੇ ਆਏ ਆ ਤੇ ਉਹ ਇੱਕ ਗੱਲ ਕਹਿੰਦੇ, ਬੀਬੀ ਜੀ ਵਾਪਸ ਆ ਜਾਓ। ਮੈਂ ਕਿਹਾ ਮੈਂ ਕਿਤੇ ਗਈ ਹੋਵਾਂ ਤੇ ਵਾਪਸ ਆਵਾਂ? ਮੈਂ ਤੇ ਗਈ ਨਹੀਂ ਕਿਤੇ। ਕੀ ਤੁਸੀਂ ਮੰਨਦੇ ਹੋ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਕੋਈ ਇਹੋ ਜਿਹੀ ਗਲਤੀ ਹੋਈ ਹੈ ਜਿਹਦਾ ਉਹਨਾਂ ਨੂੰ ਭੁਗਤਾਨ ਕਰਨਾ ਪੈਣਾ, ਭਾਵੇਂ ਉਹ ਅਕਾਲ ਤਖ਼ਤ ਸਾਹਿਬ ਜਾ ਕੇ ਹੀ ਕਰਨਾ ਪਵੇ? ਦੇਖੋ, ਜੇ ਗਲਤੀਆਂ ਨਾ ਹੋਣ ਤੇ ਲੋਕ ਐਡੇ ਮੂਰਖ ਨਹੀਂ ਹੁੰਦੇ ਕਿ ਜਿਹੜੇ ਸਾਨੂੰ ਐਵੇਂ ਕਹੀ ਜਾਣ। ਰਾਮ ਰਹੀਮ ਨੂੰ ਮਾਫ਼ ਕਰਨ ਵਾਲੀਆਂ ਜਾਂ ਉੱਥੇ ਪਰਚਾ ਦਰਜ ਹੋਇਆ ਸੀ 2007 ਵਿੱਚ, ਪੁਸ਼ਾਕ ਜਦੋਂ ਉਹਨੇ ਪਾਈ ਸੀਗੀ, ਬੇਅਦਬੀ ਕੀਤੀ ਸੀਗੀ ਤੇ ਉਸ ਵੇਲੇ ਉਹ ਪਰਚਾ ਦਰਜ ਹੋਇਆ ਤੇ 12 ਦੀ ਜਦੋਂ ਚੋਣ ਆਈ ਤੇ ਵਾਪਸ ਲੈ ਲਿਆ। ਉਸ ਤੋਂ ਬਾਅਦ ਜੇ ਧਰਨਾ ਲੱਗਾ ਸੀ ਤੇ ਧਰਨੇ ਨੂੰ ਸਾਂਭਣ ਦਾ ਤੁਹਾਡੇ ਕੋਲ ਤਰੀਕਾ ਹੋਣਾ ਚਾਹੀਦਾ ਸੀ। ਜੇ ਅਸੀਂ 8 ਸਾਲ ਬਾਅਦ ਕਹਿੰਦੇ ਅਸੀਂ ਮਾਫ਼ੀ ਮੰਗ ਲੈਣੇ, ਲੋਕ ਕਹਿੰਦੇ ਹੁਣ ਤੁਹਾਨੂੰ ਚੇਤਾ ਆਇਆ? ਮੇਰੇ ਮਨ 'ਚ ਇੱਕ ਸਵਾਲ ਹੈਗਾ ਆ ਇਸ ਮਾਮਲੇ ਨੂੰ ਲੈ ਕੇ। ਜਦੋਂ ਉਹ ਸਾਰੀ ਘਟਨਾ ਹੁੰਦੀ ਹੈ 2012 ਵਾਲੀ ਗੱਲ ਵੀ ਹੁੰਦੀ ਆ, ਉਸ ਤੋਂ ਬਾਅਦ ਅਚਾਨਕ SGPC ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਫ਼ ਕਰ ਦਿੱਤਾ ਜਾਂਦਾ ਅਤੇ ਉਦੋਂ ਮੈਂਬਰਾਂ ਦੇ ਵਿੱਚ ਤਾਂ ਤੁਸੀਂ ਵੀ ਸੀਗੇ, ਫਿਰ ਤੁਸੀਂ ਇਹਦਾ ਵਿਰੋਧ ਕਿਉਂ ਨਹੀਂ ਕੀਤਾ ਉਦੋਂ? ਨੂੰ ਹੁਣ ਐਂ ਕਹਿ ਦਈਏ ਕਿ ਕੋਈ ਸਿਆਸੀ ਸਟੰਟ ਆ, ਜਾਂ ਹੁਣ ਜਦੋਂ ਕੋਈ ਹੋਰ ਹੀਲਾ ਨਹੀਂ ਬਚਿਆ ਸੁਖਬੀਰ ਸਿੰਘ ਬਾਦਲ ਦੇ ਕੋਲ, ਉਦੋਂ ਇਹ ਇਖਤਿਆਰ ਕਰ ਲਿਆ ਕਿ ਚਲੋ ਹੁਣ ਮੈਂ ਮਾਫ਼ੀ ਮੰਗ ਲਵਾਂ, ਦੇਖ ਲੈਂਦਾ ਕੋਈ ਆ ਜਾਵੇ ਨਾਲ ਤਾਂ ਖੜ ਜਾਵੇ? ਕੀ ਬੀਬੀ ਜੀ ਅਜੇ ਤੱਕ ਇਸ ਕਰਕੇ ਰੁਕੇ ਹੋਏ ਹੈ ਕਿ ਕਿਤੇ ਪ੍ਰਧਾਨਗੀ ਦਾ ਆਫਰ ਆ ਜਾਵੇ? ਸੁਖਬੀਰ ਸਿੰਘ ਬਾਦਲ ਦਾ ਮਾਫ਼ੀਨਾਮਾ ਇਸ ਵੇਲੇ ਸੁਰਖੀਆਂ ਬਟੋਰ ਰਿਹਾ, ਪਰ ਉਸ ਮਾਫ਼ੀਨਾਮੇ ਤੋਂ ਬਾਅਦ ਜੋ ਹਾਲਾਤ ਬਣ ਰਹੇ ਨੇ, ਖਾਸ ਕਰਕੇ ਸਿਆਸੀ ਹਾਲਾਤ ਔਰ ਜੋ ਗੱਲਾਂ ਛਿੜੀਆਂ ਹੋਈਆਂ ਨੇ, ਉਹਨਾਂ ਬਾਰੇ ਜਵਾਬ ਜਾਣਨਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਇੱਕਦਮ ਢੀਂਡਸਾ ਸਾਹਿਬ ਦਾ ਬਿਆਨ ਆ ਜਾਂਦਾ, ਔਰ ਉਸ ਤੋਂ ਬਾਅਦ ਹੀ ਚਰਚਾਵਾਂ ਇਹੋ ਜਿਹੀਆਂ ਛਿੜੀਆਂ ਨੇ ਕਿ ਬੀਬੀ ਜਗੀਰ ਕੌਰ ਤੱਕ ਆ ਕੇ ਰੁਕੀਆਂ ਨੇ, ਉਹਨਾਂ ਦੇ ਕੋਲ ਹੀ ਅੱਜ ਮੌਜੂਦ ਆ। ਉਹਨਾਂ ਦਾ ਇਸ ਬਾਰੇ ਕੀ ਵਿਚਾਰ ਹੈ, ਮਾਫ਼ੀਨਾਮੇ ਬਾਰੇ ਕੀ ਵਿਚਾਰ ਹੈ, ਔਰ ਉਸ ਤੋਂ ਲੈਦਾ ਜੋ ਹੁਣ ਤੱਕ ਖਬਰਾਂ ਸਰਕੂਲੇਟ ਹੋ ਰਹੀਆਂ ਨੇ ਉਹਦੇ ਬਾਰੇ ਕੀ ਵਿਚਾਰ ਹੈ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਬੀਬੀ ਜੀ ਕੋਲ ਮੌਜੂਦ ਆ। ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ, ਸਵਾਲ ਸ਼ੁਰੂ ਕਰੀਏ। ਜੋ ਹਾਲਾਤ ਬਣੇ ਜਦੋਂ ਮਾਫ਼ੀਨਾਮਾ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਵੱਲੋਂ, ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਕਿ ਉਸ ਮਾਫ਼ੀਨਾਮੇ ਬਾਰੇ ਤੁਹਾਡਾ ਕੀ ਵਿਚਾਰ ਹੈ? ਤੁਹਾਡੀ ਇੱਕ ਸਟੇਟਮੈਂਟ ਜਿਹੜੀ ਹੈ ਉਹ ਬਹੁਤ ਲੋਕਾਂ ਨੇ ਅਖਬਾਰ ਦੇ ਵਿੱਚ ਪੜ੍ਹੀ ਹੈ, ਪਰ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਹਾਂ ਕਿ ਉਹ ਮਾਫ਼ੀਨਾਮਾ ਬੇਅਦਬੀ ਕਾਂਡ ਦੇ ਨਾਲ ਮੁਤਲਕ ਸੀਗਾ, ਉਹ ਬੇਅਦਬੀ ਵਾਸਤੇ ਮਾਫ਼ੀ ਮੰਗੀ ਗਈ ਹੈ, ਜਾਂ ਫਿਰ ਬੇਅਦਬੀ ਕਾਰਨ ਜੋ ਲੋਕਾਂ ਸੰਗਤਾਂ ਦੇ ਵਿੱਚ ਹੋਇਆ ਉਹਦੇ ਬਾਰੇ ਮਾਫ਼ੀ ਮੰਗੀ ਗਈ? ਦੇਖੋ, ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ ਕਿ 103 ਸਾਲ ਹੋ ਗਏ ਹੈ ਸ਼੍ਰੋਮਣੀ ਅਕਾਲੀ ਦਲ ਬਣੇ ਨੂੰ, ਅਤੇ ਇਹਨਾਂ ਨੂੰ ਸਥਾਪਨਾ ਕੀਤੀ ਗਈ ਸੀ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ। ਜਦੋਂ 100 ਸਾਲਾ ਮਨਾਇਆ ਗਿਆ ਸੀ ਅਤੇ ਉਹ ਸ਼ਤਾਬਦੀ ਜਿਹੜੀ ਸੀ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਅਸੀਂ ਮਨਾਈ, ਉਦੋਂ ਤੋਂ ਲੈ ਕੇ ਫਿਰ 101 ਸਾਲਾ, 102, 103 ਸਾਲਾ ਇਸੇ ਤਰ੍ਹਾਂ ਲਗਾਤਾਰ ਚੱਲ ਪਿਆ। ਹੁਣ ਉੱਥੇ ਵੈਸੇ ਤਾਂ ਸਾਡੀ ਰਵਾਇਤ ਹੈ ਕਿ ਉੱਥੇ ਕੋਈ ਭਾਸ਼ਣ ਨਹੀਂ ਦਿੱਤੇ ਜਾਂਦੇ, ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਂਦੇ ਆ, ਸ਼ੁਕਰਾਨਾ ਕਰਕੇ ਅਤੇ ਸਰੂਪ ਆਓ ਦੇ ਦਿੱਤਾ ਜਾਂਦਾ, ਕੋਈ ਭਾਸ਼ਣ ਨਹੀਂ ਦਿੱਤੇ ਜਾਂਦੇ। ਇਹ ਵੀ ਮੇਰਾ ਖਿਆਲ ਪਹਿਲੀ ਵਾਰੀ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਉੱਥੇ ਆਪਣਾ ਦਿਲ ਖੋਲ੍ਹ ਕੇ ਭਾਸ਼ਣ ਕੀਤਾ। ਉਸ ਭਾਸ਼ਣ ਦੇ ਵਿੱਚ ਸਰਕਾਰ ਜਿਹੜੀ ਬਣੀ ਸ਼੍ਰੋਮਣੀ ਅਕਾਲੀ ਦਲ, ਉਹਦੀਆਂ ਪ੍ਰਾਪਤੀਆਂ ਵੀ ਸੁਣਾਈਆਂ,
ਸ਼੍ਰੋਮਣੀ ਅਕਾਲੀ ਦਲ ਦੀ ਮਹਾਨਤਾ ਵੀ ਗੱਲ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ ਦੀ ਕੁਰਬਾਨੀਆਂ ਦੀ ਵੀ ਗੱਲ ਕੀਤੀ ਔਰ ਜੋ ਜੋ ਅਸੀਂ ਮੋਰਚੇ ਲਾਏ ਉਹਦੀਆਂ ਸਾਰੀਆਂ ਗੱਲਾਂ ਕੀਤੀਆਂ। ਚਲੋ ਖੈਰ ਉਹਨਾਂ ਦਾ ਜਦੋਂ ਬੋਲਣ ਹੀ ਲੱਗ ਪਏ ਫਰਜ਼ ਬਣਦਾ ਸੀ ਉਹਦੇ ਵਿੱਚ ਉਹਨਾਂ ਨੂੰ ਰੂਟੀਨ ਵਿੱਚ ਜਿਸ ਤਰ੍ਹਾਂ ਹੁੰਦਾ ਕਿ ਉਹਨਾਂ ਨੇ ਕਿਹਾ ਕਿ ਜੇ ਕੋਈ ਸਰਕਾਰ ਵੇਲੇ ਸਾਡੇ ਕੋਲ ਗਲਤੀਆਂ ਹੋਣ ਜਾਂ ਸਰਕਾਰ ਤੋਂ ਬਾਅਦ ਤਾਂ ਮੈਂ ਉਸ ਗੱਲ ਦੀ ਮਾਫ਼ੀ ਮੰਗਦਾ। ਇੱਕ ਸੁਭਾਵਿਕ ਹੈ ਬੁਲਾਰਾ ਜਿਹੜਾ ਇਸ ਤਰ੍ਹਾਂ ਕਹਿੰਦਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਕਿਹਾ ਔਰ ਇਸੇ ਤਰ੍ਹਾਂ ਉਹਨਾਂ ਨੇ ਜਦੋਂ ਬਾਦਲ ਸਾਹਿਬ ਦਾ ਭੋਗ ਪਿਆ ਸੀਗਾ ਉਸ ਵੇਲੇ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਅਤੇ ਸੰਗਤ ਇਮੋਸ਼ਨਲ ਹੋ ਗਈ ਸੀ, ਕੁਦਰਤੀ ਭਾਵਕ ਹੋ ਜਾਂਦਾ ਹਰ ਬੰਦਾ। ਪਰ ਉਹ ਜਿਹੜੀ ਸੀ ਉਹਨਾਂ ਨੇ ਤਾਂ ਰੂਟੀਨ 'ਚ ਕੀਤਾ, ਆਪਣੇ ਮਨ ਦੀ ਅਵਸਥਾ ਦੱਸੀ। ਪਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਵਰਕਰ ਅਤੇ ਸੋਸ਼ਲ ਮੀਡੀਆ ਇਹਨੂੰ ਗਲਤ ਢੰਗ ਨਾਲ ਇੰਟਰਪ੍ਰੈਟ ਕਰਨ ਲੱਗ ਪਏ ਦੂਜੇ ਢੰਗ ਨਾਲ ਕਿ ਬਾਦਲ ਸਾਹਿਬ ਨੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਮਾਫ਼ੀ ਮੰਗ ਲਈ। ਹੁਣ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਮਾਫ਼ੀ ਦਾ ਅਤੇ ਇਸ ਮਾਫ਼ੀ ਦਾ ਬਹੁਤ ਫਰਕ ਹੈ। ਅਸਲੀਅਤ ਤੌਰ 'ਤੇ ਹੈ ਕਿ ਜਦੋਂ ਆਪਾਂ ਮਹਿਸੂਸ ਕਰਦੇ ਹਾਂ ਕਿ ਸਿੱਖ ਕੌਮ ਕੋਈ ਦੁਬਿਧਾ 'ਚ ਪੈ ਗਈ ਹੈ, ਸਿੱਖ ਕੌਮ ਦੇ ਅੰਦਰ ਕੋਈ ਸਾਡੇ ਲਈ ਸ਼ੰਕੇ ਪੈਦਾ ਹੋ ਗਏ ਹੈ ਜਾਂ ਸਾਡੇ ਕੋਈ ਐਸੀ ਘਟਨਾਵਾਂ ਹੋਈਆਂ ਜਿਹਦੇ ਕਰਕੇ ਸਿੱਖ ਕੌਮ ਦਾ ਜਾਂ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਮਨ ਦੁਖਿਆ, ਤਾਂ ਅਸੀਂ ਆਪਣਾ ਸਪਸ਼ਟੀਕਰਨ ਦੇਣਾ ਹੁੰਦਾ। ਅਤੇ ਉਹ ਅਸੀਂ ਕਿੱਥੇ ਦੇ ਸਕਦੇ ਹਾਂ? ਭਾਵੇਂ ਰੈਲੀਆਂ ਕਰਕੇ ਦੇਈ ਜਾਓ, ਭਾਵੇਂ ਕਿਤੇ ਦੇਈ ਜਾਓ, ਉਹ ਗੱਲ ਬਣਦੀ ਨਹੀਂ। ਕਿਉਂਕਿ ਤਖ ਸ਼੍ਰੀ ਅਕਾਲ ਤਖ਼ਤ ਸਾਹਿਬ ਸਾਡਾ ਪ੍ਰਮੁੱਖ ਸਥਾਨ ਸਿੱਖਾਂ ਦਾ ਬਣਿਆ ਹੋਇਆ। ਜਦੋਂ ਗੁਰੂ ਪੰਥ ਕੋਲੋਂ ਕਦੀ ਕੋਈ ਅਸੀਂ ਮਾਫ਼ੀ ਮੰਗਣੀ ਹੋਵੇ, ਜਦੋਂ ਗੁਰੂ ਖਾਲਸੇ ਕੋਲੋਂ ਅਸੀਂ ਕੋਈ ਆਪਣੀ ਭੁੱਲ ਬਖਸ਼ਾਉਣੀ ਹੋਵੇ, ਤਾਂ ਅਸੀਂ ਉਹ ਤਖ਼ਤ ਉੱਤੇ ਖਲੋ ਕੇ ਤਖ਼ਤ ਦੇ ਸਾਹਮਣੇ ਜਾ ਕੇ ਅਸੀਂ ਗੱਲ ਕਰਦੇ ਹਾਂ। ਉਹ ਮੈਂ ਗੱਲ ਕੀਤੀ ਸੀ ਕਿ ਦੇਖੋ ਇਹਨੂੰ ਤੁਸੀਂ ਤਖ਼ਤ ਦਾ ਮਾਫ਼ੀਨਾਮਾ ਨਾ ਕਹੋ, ਕਿਉਂਕਿ ਆਪੇ ਤਾਂ ਆਪਾਂ ਬੇਨਤੀ ਕਰ ਲਈ ਅਤੇ ਮਾਫ਼ ਕੀਤਾ ਕਿਹਨੇ? ਮਾਫ਼ ਤਾਂ ਗੁਰੂ ਨੇ ਕਰਨਾ ਸੀਗਾ ਅਤੇ ਗੁਰੂ ਦਾ ਸਿਧਾਂਤ ਨੇ ਹੀ ਬੋਲਣਾ ਸੀ, ਗੁਰੂ ਦੀ ਮਰਿਆਦਾ ਨੇ ਬੋਲਣਾ ਸੀ, ਗੁਰੂ ਦੀ ਕੋਈ ਵਿਧੀ ਵਿਧਾਨ ਨੇ ਉੱਥੇ ਬੋਲਣਾ ਸੀ। ਲੇਕਿਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਕੋਈ ਮਨੁੱਖ ਨਹੀਂ ਬੋਲਦਾ ਹੁੰਦਾ ਉਸ ਵੇਲੇ, ਭਾਵੇਂ ਉਹ ਉਸ ਸਿੰਘ ਸਾਹਿਬਾਨਾਂ ਦੇ ਰੂਪ ਵਿੱਚ ਇੱਕ ਜ਼ਰੀਆ ਹੁੰਦਾ ਕਿ ਉਹਨਾਂ ਨੇ ਉੱਥੋਂ ਦੇ ਸਿਧਾਂਤ ਦੀ ਪਾਲਣਾ ਕਰਦਿਆਂ ਉਹ ਸੰਗਤ ਦੇ ਵਿੱਚ ਗੱਲ ਕਹਿਣੀ ਹੁੰਦੀ ਹੈ। ਪਰ ਹੁਣ ਹੀ ਗੁਰੂ ਦੀ ਵਿਧੀ ਜੋ ਸਾਡਾ ਸਿੱਖਾਂ ਦਾ ਸੰਵਿਧਾਨ ਬਣਿਆ ਹੋਇਆ, ਵਿਧੀ ਵਿਧਾਨ ਬਣਿਆ, ਉਹਦੇ ਅਨੁਸਾਰ ਹੁਣ ਮੈਂ ਉਹ ਗੱਲ ਇਸ ਕਰਕੇ ਸਪਸ਼ਟ ਕਰਦੀ ਹਾਂ ਕਿ ਜਦੋਂ ਵੀ ਕਦੀ ਕੋਈ ਐਸੀ ਕੋਈ ਘੜੀ ਆਈ ਹੈ, ਸਾਡੇ ਵੱਡਾ ਇਤਿਹਾਸ ਫੋਲੀਏ, ਸਾਡੇ ਸਿੱਖਾਂ ਨੇ ਬੜੀਆਂ ਬੜੀਆਂ ਵੱਡੀਆਂ ਘਟਨਾਵਾਂ ਹੋਈਆਂ ਔਰ ਬੜੇ ਗੁਰਮਤੇ ਹੋਏ ਹੈ, ਸੌਵਾਂ ਦੀ ਗਿਣਤੀ, ਸੈਂਕੜਿਆਂ ਦੀ ਗਿਣਤੀ 'ਚ ਇੱਕ ਨਹੀਂ ਕੋਈ ਮਿਸਾਲ ਬਣ ਜਾਂਦੀਆਂ, ਜਿਸ ਤਰ੍ਹਾਂ ਇਤਿਹਾਸ ਬਣ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਉੱਥੇ ਆ ਕੇ ਮਾਫ਼ੀ ਮੰਗੀ, ਕੋੜਿਆਂ ਤੱਕ ਵੀ ਉਹਨੂੰ ਮਾਰਨ ਦੀ ਸਜ਼ਾ ਦਿੱਤੀ ਗਈ। ਹੋਮ ਮਿਨਿਸਟਰ ਗ੍ਰਹਿ ਮੰਤਰੀ ਸੀ ਸਰਦਾਰ ਬੂਟਾ ਸਿੰਘ, ਉਹਨੇ ਮਾਫ਼ੀ ਮੰਗੀ, ਉਹਦੀ ਗਲਤੀ ਜਿਹੜੀ ਸੀ ਉਹਨੇ ਸਵੀਕਾਰ ਕੀਤੀ। ਅਤੇ ਇਸੇ ਤਰ੍ਹਾਂ ਹੋਮ ਮਿਨਿਸਟਰ ਛੱਡ ਕੇ ਗਿਆਨੀ ਜੈਲ ਸਿੰਘ ਵਰਗੇ, ਰਾਸ਼ਟਰਪਤੀ ਵਰਗੇ ਵੀ ਉੱਥੇ ਪੇਸ਼ ਹੋਏ ਅਤੇ ਮਾਫ਼ੀ ਉੱਥੇ ਸੇਵਾ ਕੀ ਲਾਈ ਹੈ, ਸਜ਼ਾ ਕੀ ਲਾਈ, ਧਾਰਮਿਕ ਉਹ ਅਲੱਗ ਗੱਲ ਹੈ, ਕਿਸੇ ਨੂੰ ਘੱਟ ਕਿਸੇ ਨੂੰ ਵੱਧ ਲੱਗਦੀ ਹੈ। ਮੁੱਖ ਮੰਤਰੀ ਸੀ ਬਰਨਾਲਾ ਸਾਹਿਬ, ਉਹ ਅਵੱਗਿਆ ਹੋ ਗਈ, ਬਲੈਕ ਥੰਡਰ ਹੋ ਗਿਆ, ਉਹਦੇ ਲਈ ਉਹਨੇ ਮਾਫ਼ੀ ਮੰਗੀ, ਉਹਨੂੰ 40 ਦਿਨ ਦੀ ਸੇਵਾ ਲੱਗੀ, ਤਖ਼ਤੀ ਵੀ ਕੱਲ੍ਹ 'ਚ ਪਾਈ ਗਈ, ਬੰਨੇ ਵੀ ਗਏ ਉਹਦੇ ਨਾਲ। ਇਸੇ ਤਰ੍ਹਾਂ ਬੂਟਾ ਸਿੰਘ ਨੂੰ 55 ਦਿਨ ਦੀ ਲੱਗੀ। ਸੋ ਉਹ ਸਾਰੀਆਂ ਸੇਵਾਵਾਂ ਮੈਂ ਇਸ ਕਰਕੇ ਦੁਹਰਾਈਆਂ ਸੀ ਕਿ ਇਹ ਇੱਕ ਪ੍ਰੋਸੀਜਰ ਹੈ ਸਾਡਾ, ਜੇ ਵਿਧੀ ਵਿਧਾਨ ਦੇ ਪ੍ਰੋਸੀਜਰ ਅਨੁਸਾਰ ਅਸੀਂ ਮਾਫ਼ੀ ਨਹੀਂ ਉੱਥੇ ਜਾ ਕੇ ਮੰਗਦੇ ਤਾਂ ਮੈਨੂੰ ਲੱਗਦਾ ਸਾਨੂੰ ਇਹ ਗਲਤ ਪ੍ਰਚਾਰ ਨਹੀਂ ਕਰਨਾ ਚਾਹੀਦਾ, ਇਹ ਲੋਕਾਂ ਦੇ ਵਿੱਚ ਗਲਤ ਰਵਾਇਤ ਚੱਲ ਜਾਏਗੀ।
ਇੱਦਾਂ ਤਾਂ ਜਿਹੜਾ ਮਰਜ਼ੀ ਜਾ ਕੇ ਗਲਤੀ ਕਰ ਲਏਗਾ ਤਾਂ ਉੱਥੇ ਖਲੋ ਕੇ ਕਹਿ ਦੇਗਾ ਕਿ ਮੇਰੇ ਕੋਲ ਗਲਤੀ ਹੋ ਗਈ ਹੈ ਅਤੇ ਮਾਫ਼ ਕਰ ਦਿਓ ਬਸ, ਅਤੇ ਫਿਰ ਆਪਾਂ ਕਰ ਦਿਆਂਗੇ। ਹੁਣ ਇਹੋ ਜਿਹੀਆਂ ਚੀਜ਼ਾਂ ਨੂੰ ਆਪਾਂ ਗਲਤ ਵਾਲੇ ਪਾਸੇ ਨਾ ਲੈ ਜਾਈਏ, ਗਲਤ ਰਵਾਇਤਾਂ ਨਾ ਪਾਈਏ। ਇਸ ਕਰਕੇ ਮੈਂ ਬੇਨਤੀ ਕੀਤੀ ਹੈ ਸਾਰੀ ਕੌਮ ਸਿੱਖ ਸੰਗਤ ਨੂੰ ਵੀ ਇਹਨੂੰ ਤੁਸੀਂ ਪ੍ਰਚਾਰ ਕਰਨਾ ਅਤੇ ਉੱਦਾਂ ਕਰੋ ਕਿ ਬਾਦਲ ਸਾਹਿਬ ਨੇ ਆਪਣੇ ਹਾਵ ਭਾਵ ਦੱਸੇ। ਬਾਦਲ ਸਾਹਿਬ ਦੇ ਮਨ ਵਿੱਚ ਇੱਕ ਬਹੁਤ ਵੱਡਾ ਬੋਝ ਹੈ, ਉਹ ਗੱਲ ਵੱਖਰੀ ਹੈ ਕਿ ਪ੍ਰਧਾਨ ਦੇ ਮਨ 'ਤੇ ਬੋਝ ਹੈ, ਅਤੇ ਜੇ ਬੋਝ ਹਲਕਾ ਕਰਨਾ ਕੌਮ ਨੂੰ ਖੁਸ਼ ਕਰਨਾ ਤਾਂ ਫਿਰ ਇੱਕ ਪ੍ਰੋਸੀਜਰ 'ਚ ਆ ਜਾਓ, ਬਸ ਇੰਨੀ ਗੱਲ। ਬੀਬੀ ਜਗੀਰ ਕੌਰ ਇਹ ਨਹੀਂ ਮੰਨਦੇ ਕਿ ਉਹ ਮੁਆਫ਼ੀ ਮੰਗੀ ਗਈ ਹੈ? ਨਹੀਂ, ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਤਾਂ ਨਹੀਂ ਨਾ ਮੰਗੀ ਗਈ, ਘਰ 'ਤੇ ਸੀ ਹਰ ਵੇਲੇ ਭੋਗ 'ਤੇ ਉਹਨਾਂ ਨੇ ਮੰਗੀ ਸੀ ਬਾਦਲ ਸਾਹਿਬ ਦੇ, ਉੱਥੇ ਵੀ ਉਹਨਾਂ ਨੇ ਸ਼ਬਦ ਕਹੇ, ਕਿਉਂਕਿ ਸਾਡੇ ਇੱਕ ਪੈਟ ਸ਼ਬਦ ਬਣੇ ਹੁੰਦੇ ਆ ਪ੍ਰਚਾਰਕਾਂ ਦੇ, ਬੁਲਾਰਿਆਂ ਦੇ। ਜਦੋਂ ਅਸੀਂ ਕੋਈ ਬੋਲਦੇ ਹਾਂ ਅਸੀਂ ਕਹਿੰਦੇ ਸਤਿ ਸੰਗਤ ਜੀ, ਕੋਈ ਜਾਣੇ ਅਣਜਾਣੇ ਗਲਤੀ ਹੋ ਗਈ ਹੋਵੇ, ਪ੍ਰਚਾਰਕ ਵੀ ਗੁਰਬਾਣੀ ਦੀ ਕਥਾ ਕਰਦੇ ਹੋਣਗੇ, ਉਹ ਵੀ ਕਹਿਣਗੇ। ਸਾਡੇ ਵਰਗੇ ਵੀ ਜਦੋਂ ਬੋਲਦੇ ਅਸੀਂ ਵੀ ਇਹ ਗੱਲ ਕਹਿੰਦੇ ਹਾਂ ਕਿ ਕੋਈ ਬੋਲਦੇ ਹਾਂ ਵੱਧ ਘੱਟ ਨਿਕਲ ਗਿਆ ਹੋਵੇ, ਕੋਈ ਗਲਤੀ ਹੋ ਗਈ ਹੋਵੇ, ਗੁਰਮਤਿ ਦੇ ਖਿਲਾਫ਼ ਸ਼ਬਦ ਨਿਕਲ ਗਿਆ ਹੋਵੇ, ਤਾਂ ਮੈਂ ਅਸੀਂ ਸਿੱਖ ਸੰਗਤ ਕੋਲੋਂ ਖਿਮਾ ਦੀ ਚਾਹ ਚੱਕਾਂ। ਇਹ ਤਾਂ ਇੱਕ ਰੂਟੀਨ ਸਾਡਾ ਵਰਕ ਹੁੰਦਾ, ਸੋ ਇਸ ਕਰਕੇ ਮੇਰੇ ਖਿਆਲ ਇਹਨੂੰ ਸੰਗਤ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ, ਮੇਨ ਮਕਸਦ ਤਾਂ ਮੇਰਾ ਇਸ। ਅੱਛਾ, ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਗੱਲ ਕਹੀ ਸੀਗੀ ਕਿ ਜਿਹੜੇ ਲੀਡਰ ਪਾਰਟੀ ਤੋਂ ਅਲੈਦਾ ਹੋਏ ਨੇ, ਵੱਖ ਹੋਏ ਨੇ, ਉਹਨਾਂ ਨੂੰ ਵੀ ਛੇਤੀ ਨਾਲ ਜੋੜਿਆ ਜਾਵੇਗਾ। ਉਸ ਤੋਂ ਬਾਅਦ ਹੀ ਗੱਲਾਂ ਛਿੜ ਗਈਆਂ, ਕਿਉਂਕਿ ਉਸ ਤੋਂ ਬਾਅਦ ਢੀਂਡਸਾ ਸਾਹਿਬ ਦਾ ਬਿਆਨ ਆ ਗਿਆ ਅਤੇ ਮੁੜ ਕੇ ਗੱਲਾਂ ਛਿੜ ਗਈਆਂ ਕਿ ਹੁਣ ਬੀਬੀ ਜਗੀਰ ਕੌਰ ਜੀ ਦੀ ਘਰ ਵਾਪਸੀ ਹੋਵੇਗੀ, ਇਹਦੇ 'ਤੇ ਕੀ ਕਹਿਣਾ ਤੁਹਾਡਾ? ਦੇਖੋ, ਢੀਂਡਸਾ ਸਾਹਿਬ ਨੇ ਆਪਣੀ ਪਾਰਟੀ ਬਣਾਈ ਹੋਈ ਹੈ, ਉਹਨਾਂ ਨੇ ਆਪਣਾ ਫੈਸਲਾ ਕਰਨਾ। ਜਿਹੜਾ ਮੇਰੀ ਗੱਲ ਹੈ, ਮੈਂ ਇੰਡੀਵਿਜੁਅਲ ਤੌਰ ਦੇ ਉੱਤੇ ਜਦੋਂ ਵੀ ਮੇਰਾ ਉਹਨਾਂ ਨਾਲ ਵਖਰੇਵਾਂ ਹੋਇਆ, ਉਹ ਕਿਸੇ ਸਿਧਾਂਤਕ ਤੌਰ 'ਤੇ ਕਿਸੇ ਮਰਿਆਦਾ ਦੀ ਗੱਲ ਸੀਗੀ, ਸਿਧਾਂਤ ਦੀ ਗੱਲ ਸੀ, ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਰੰਪਰਾਵਾਂ ਦੀ ਗੱਲ ਸੀ। ਸਿੱਖ ਕੌਮ ਅੱਜ ਸਾਡੇ ਤੋਂ ਦੂਰ ਹੋਈ ਹੈ, ਉਹਨਾਂ ਦੇ ਮਨ 'ਚ ਨਾਰਾਜ਼ਗੀ ਹੈ, ਸ਼ੰਕੇ ਹੈ, ਦੁਬਧਾ ਹੈ, ਜਾਂ ਕੌਮ ਦੇ ਮਨ ਵਿੱਚ ਇੱਕ ਜਿੱਦਾਂ ਅਸੀਂ ਮਹਿਸੂਸ ਕਰਦੇ ਹਾਂ, ਜਦੋਂ ਸਾਡੀਆਂ ਚੋਣਾਂ ਦੇ ਵਿੱਚ 3-3 ਸੀਟਾਂ ਅਸੀਂ ਜਿੱਤਦੇ ਹਾਂ, ਸਾਨੂੰ ਇਸ ਤਰ੍ਹਾਂ ਲੱਗਦਾ ਕਿ ਜਿੱਦਾਂ ਸੰਗਤ ਸਾਡੇ ਨਾਲ ਜਿੱਦਾਂ ਨਫ਼ਰਤ ਹੀ ਕਰਨ ਲੱਗ ਪੈਂਦੀ ਸੀ, ਇੱਦਾਂ ਦੇ ਹਾਲਾਤ ਬਣੇ। ਮੈਂ ਇਹ ਉਹਨਾਂ ਨੂੰ ਕਿਹਾ ਸੀ ਕਿ ਨਫ਼ਰਤ ਤੱਕ ਗੱਲ ਨਹੀਂ ਆਉਣੀ ਚਾਹੀਦੀ, ਦੂਰ ਹੋ ਜਾਣੋ ਗੱਲ ਵੱਖਰੀ ਹੈ, ਵਿਰੋਧ ਕਰਨੋਂ ਵੱਖਰੀ ਹੈ, ਲੇਕਿਨ ਜਦੋਂ ਕੌਮ ਦੇ ਮਨ 'ਚ ਨਫ਼ਰਤ ਪੈਦਾ ਹੋ ਜਾਏ ਨਾ ਜੀ, ਇਹ ਸਾਡੇ ਵਾਸਤੇ ਬਹੁਤ ਨੁਕਸਾਨਦਾਇਕ ਹੈ। ਅਤੇ ਇਹ ਨਫ਼ਰਤ ਕਿੱਦਾਂ ਕੱਢਣੀ ਹੈ, ਉਹਨਾਂ ਨੂੰ ਸ਼ਾਂਤ ਕਿੱਦਾਂ ਕਰਨਾ ਹੈ? ਜਦ ਤੱਕ ਅਸੀਂ ਵੱਡੀ ਗੱਲ ਨਹੀਂ ਕਰਦੇ, ਜਦ ਤੱਕ ਅਸੀਂ ਕੌਮ ਦੇ ਕੋਲੋਂ ਹੋਈਆਂ ਗਲਤੀਆਂ ਦੀ ਮਾਫ਼ੀ ਨਹੀਂ ਮੰਗਦੇ, ਜਦ ਤੱਕ ਅਸੀਂ ਲੋਕਾਂ ਦੇ ਮਨ ਵਿੱਚੋਂ ਇਹ ਕੱਢਦੇ ਨਹੀਂ ਕਿ ਜੋ ਕੁਝ ਹੋਇਆ ਸੀ, ਜਾਂ ਸਹਿਬਨ ਹੋ ਗਿਆ, ਜਾਂ ਅਸੀਂ ਕਿਸੇ ਹਾਲਾਤਾਂ 'ਚ ਕੀ ਕਰ ਦਿੱਤਾ, ਜਾਂ ਉਹ ਘਟਨਾ ਸਾਡੇ ਕੋਲੋਂ ਸਾਂਭੀ ਨਹੀਂ ਗਈ, ਜੋ ਤੁਸੀਂ ਕਹਿਣਾ ਉਹ ਜਾ ਕੇ ਤਖ਼ਤ ਤੇ ਕਹੋ। ਹੁਣ ਇਹਨਾਂ ਗੱਲਾਂ ਕਰਕੇ ਉਹਨਾਂ ਨੇ ਮੈਨੂੰ ਉੱਥੋਂ ਵੱਖਰਾ ਕਰ ਦਿੱਤਾ, ਕੱਢ ਦਿੱਤਾ। ਕੱਢਣਾ ਸ਼ਬਦ ਵੀ ਬੜਾ ਮਾੜਾ ਹੁੰਦਾ ਪਾਰਟੀ ਵਿੱਚੋਂ, ਜਿਸ ਦੀ ਕੁਰਬਾਨੀ ਕੀਤੀ ਹੋਈ ਪਾਰਟੀ ਲਈ, ਉਹਦੇ ਵਾਸਤੇ ਬਹੁਤ ਦੁਖਦਾਈ ਹੈ। ਲੇਕਿਨ ਮੈਂ ਪਾਰਟੀ ਫਿਰ ਵੀ ਨਹੀਂ ਛੱਡੀ, ਮੈਂ ਹਮੇਸ਼ਾ ਜਿੱਥੇ ਵੀ ਜਾਂਦੀ ਹਾਂ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰ ਕਰਦੀ ਹਾਂ, ਮੈਂ ਜਿੱਥੇ ਜਾਂਦੀ ਮੈਂ ਅਕਾਲੀ ਦਲ ਦੀ ਗੱਲ ਕਰਦੀ ਹਾਂ, ਜਿੱਥੇ ਜਾਂਦੀ ਮੈਂ ਪੰਥ ਦੀ ਗੱਲ ਕਰਦੀ ਹਾਂ, ਔਰ ਅੱਜ ਵੀ ਜਿੱਥੇ ਵੀ ਹੋਵਾਂ ਮੈਂ ਹਰ ਇੱਕ ਨੂੰ ਕਹਿੰਦੀ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਖੇਤਰੀ ਪਾਰਟੀ ਹੈ, ਇਹ ਪੰਜਾਬ ਦੀ ਗੱਲ ਕਰ ਸਕਦੀ, ਪੰਜਾਬ ਦੇ ਹਿੱਤਾਂ ਦੀ ਗੱਲ ਕਰ ਸਕਦੀ ਹੈ, ਪੰਜਾਬ ਦੇ ਲੋਕਾਂ ਦੀ ਗੱਲ ਕਰ ਸਕਦੀ ਹੈ, ਤੁਹਾਡੀ ਬਿਹਤਰੀ ਦੀ ਗੱਲ ਕਰ ਸਕਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਕਾਰ ਦੀ ਗੱਲ ਕਰ ਸਕਦੀ ਹੈ, ਇਤਿਹਾਸ ਦੀ ਗੱਲ ਕਰ ਸਕਦੀ ਹੈ, ਇਹਨੂੰ ਤੁਸੀਂ ਕਮਜ਼ੋਰ ਨਾ ਕਰੋ। ਬਣਿਆ ਹੀ ਇਸੇ ਕਰਕੇ ਸੀ ਸ਼੍ਰੋਮਣੀ ਅਕਾਲੀ ਦਲ, ਕਿਹਨੇ ਸੰਘਰਸ਼ ਕਰਨੇ ਹੈ, ਔਰ ਪੰਜਾਬ ਪੰਜਾਬੀ ਪੰਜਾਬੀਅਤ ਦੀ ਰਾਖੀ ਕਰਨੀ ਹੈ, ਔਰ ਸਾਡੇ ਜੋ ਜ਼ੁਲਮ ਹੋਣ, ਸਾਡੇ 'ਤੇ ਅੱਤਿਆਚਾਰ ਹੋਣ, ਉਹਨਾਂ ਦਾ ਵਿਰੋਧ ਕਰਕੇ ਉਹਨਾਂ ਵਾਸਤੇ ਸੰਘਰਸ਼ ਕਰਨਾ। ਸੋ ਬਣਿਆ ਇਸ ਕਰਕੇ ਸੀ। ਸੋ ਮੈਂ ਤਾਂ ਕਦੀ ਟੁੱਟੀ ਨਹੀਂ ਅਕਾਲੀ ਦਲ ਨਾਲੋਂ,
ਮੈਂ ਕਿਸੇ ਪਾਰਟੀ ਨੂੰ ਨਹੀਂ ਪ੍ਰਵਾਨ ਕੀਤਾ, ਮੈਂ ਕਿਸੇ ਪਾਰਟੀ 'ਚ ਨਹੀਂ ਗਈ। ਜਦੋਂ ਮੈਂ ਗਈ ਨਹੀਂ ਤਾਂ ਫਿਰ ਮੈਂ ਆਉਣਾ ਕਿੱਥੇ ਵਾਪਸ, ਮੈਂ ਤਾਂ ਆਈ ਅਕਾਲੀ ਦਲ 'ਚ। ਹਾਂ, ਜੇ ਉਹਨਾਂ ਨੂੰ ਲੱਗਦਾ ਕਿ ਅਸੀਂ ਨਾਲ ਤੋਰਨਾ ਹੈ ਤਾਂ ਉਹ ਜਿਹੜਾ ਜੇ ਮਹਿਸੂਸ ਕਰਦੇ ਉਹਨਾਂ ਨੇ ਮੈਨੂੰ ਕੱਢਿਆ ਸੀਗਾ ਅਤੇ ਉਹ ਮਤਾ ਜਿਹੜਾ ਰੱਦ ਕਰ ਦੇਣ, ਮੈਨੂੰ ਕੀ ਫਰਕ ਪੈਂਦਾ। ਮੈਂ ਉਹੀ ਪੁੱਛਣਾ ਚਾਹੁੰਦਾ, ਤੁਹਾਡੇ ਤੱਕ ਪਹੁੰਚ ਕੀਤੀ ਗਈ ਹੈ ਭਾਵੇਂ ਪਾਰਟੀ ਦੇ ਮੈਂਬਰਾਂ ਵੱਲੋਂ, ਸੁਖਬੀਰ ਸਿੰਘ ਬਾਦਲ ਵੱਲੋਂ? ਗੱਲ ਚਰਚਾ ਤਾਂ ਚੱਲਦੀ ਰਹਿੰਦੀ ਹੈ ਜੀ ਲਗਾਤਾਰ, ਸਾਲ ਡੇਢ ਸਾਲ ਤਾਂ ਹਮੇਸ਼ਾ ਹੀ ਮੇਰੇ ਨਾਲ ਮਿਲਦੇ ਰਹਿੰਦੇ ਹੈ, ਵਰਕਰ ਵੀ ਮਿਲਦੇ, ਲੀਡਰ ਵੀ ਮਿਲਦੇ, ਹੁਣ ਵੀ ਟੈਲੀਫੋਨ ਕਾਫੀਆਂ ਦੇ ਆਏ ਹੈ ਅਤੇ ਉਹ ਇੱਕ ਗੱਲ ਕਹਿੰਦੇ ਬੀਬੀ ਜੀ ਵਾਪਸ ਆ ਜਾਓ। ਮੈਂ ਕਿਹਾ ਮੈਂ ਕਿਤੇ ਗਈ ਹੋਵਾਂ ਅਤੇ ਵਾਪਸ ਆਵਾਂ, ਮੈਂ ਤਾਂ ਗਈ ਨਹੀਂ ਕਿਤੇ, ਦੱਸੋ ਮੈਂ ਕਿੱਥੇ ਗਈ ਹੈ। ਤੋਰੋ, ਮੈਨੂੰ ਤੋਰੋ ਅਕਾਲੀ ਦਲ ਦੇ ਪ੍ਰਚਾਰ ਲਈ, ਮੈਂ ਤੁਰਦੀ ਹਾਂ, ਮੈਂ ਤਾਂ ਹੁਣ ਵੀ ਕਰਦੀ, ਤੁਸੀਂ ਨਾ ਤੋਰੋਗੇ ਮੈਂ ਤਾਂ ਵੀ ਕਰਨੀ। ਅੱਛਾ ਬੀਬੀ ਜੀ, ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਹਾਂ, ਇਹ ਜਦੋਂ ਮੁਆਫੀਨਾਮਾ ਸਾਹਮਣੇ ਆਇਆ ਉਸ ਤੋਂ ਬਾਅਦ ਜੋ ਕੁਝ ਵੀ ਸਵਾਲ ਜਵਾਬ ਹੋਏ ਨੇ, ਕੀ ਤੁਸੀਂ ਮੰਨਦੇ ਹੋ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਕੋਈ ਇਹੋ ਜਿਹੀ ਗਲਤੀ ਹੋਈ ਹੈ ਜਿਹਦਾ ਉਹਨਾਂ ਨੂੰ ਭੁਗਤਾਨ ਕਰਨਾ ਪੈਣਾ, ਭਾਵੇਂ ਅਕਾਲ ਤਖਤ ਸਾਹਿਬ ਜਾ ਕੇ ਹੀ ਕਰਨਾ ਪਵੇ? ਦੇਖੋ, ਜੇ ਗਲਤੀਆਂ ਨਾ ਹੋਣ ਤਾਂ ਲੋਕ ਐਡੇ ਮੂਰਖ ਨਹੀਂ ਹੁੰਦੇ ਕਿ ਜਿਹੜੇ ਸਾਨੂੰ ਐਵੇਂ ਕਹੀ ਜਾਣ। ਗਲਤੀ ਦਾ ਮਤਲਬ ਕਿ ਜੇ ਸਾਡੇ ਕਿਸੇ ਬਚਨ ਨਾਲ, ਸਾਡੇ ਕਿਸੇ ਕੰਮ ਨਾਲ, ਸਾਡੇ ਕਿਸੇ ਕਾਰਵਾਈ ਦੇ ਨਾਲ ਕਿਸੇ ਦੇ ਮਨ ਦੁਖਦਾ, ਕਿਸੇ ਦਾ ਦਿਲ ਟੁੱਟਦਾ, ਕਿਸੇ ਦਾ ਨਫ਼ਰਤ ਪੈਦਾ ਹੁੰਦੀ ਹੈ ਤਾਂ ਉਹ ਗਲਤੀ ਹੁੰਦੀ। ਜੇ ਘਟਨਾਵਾਂ ਹੋਈਆਂ ਰਾਮ ਰਹੀਮ ਨੂੰ ਮਾਫ਼ ਕਰਨ ਵਾਲੀਆਂ, ਜਾਂ ਉੱਥੇ ਪਰਚਾ ਦਰਜ ਹੋਇਆ ਸੀ 2007 ਵਿੱਚ, ਪੁਸ਼ਾਕ ਜਦੋਂ ਉਹਨੇ ਪਾਈ ਸੀਗੀ, ਬੇਅਦਬੀ ਕੀਤੀ ਸੀਗੀ, ਅਤੇ ਉਸ ਵੇਲੇ ਉਹ ਪਰਚਾ ਦਰਜ ਹੋਇਆ ਅਤੇ 12 ਦੀ ਜਦੋਂ ਚੋਣ ਆਈ ਤਾਂ ਵਾਪਸ ਲੈ ਲਿਆ, ਚਾਰਜਸ਼ੀਟ ਨਹੀਂ ਕੀਤਾ, ਉਹਨੂੰ ਚਲਾਨ ਨਹੀਂ ਪੇਸ਼ ਕੀਤਾ। ਇਸੇ ਤਰ੍ਹਾਂ ਜਦੋਂ ਬੇਅਦਬੀ ਹੋਈ ਸੀ ਅਤੇ ਉਹਨਾਂ ਨੇ ਲਲਕਾਰ ਕੇ ਕੀਤੀ, ਉਹ ਇੱਕ ਤਾਂ ਹੁੰਦੀ 7, ਇੱਕ ਲਲਕਾਰ ਕੇ। ਹੁਣ ਉਹ ਲਲਕਾਰਿਆ ਜਿਹੜਾ ਲੋਕਾਂ ਨੂੰ ਇਹ ਹੁੰਦਾ ਕਿ ਤੁਹਾਨੂੰ ਤਾਂ ਉਹਨਾਂ ਨੇ ਲਲਕਾਰ ਕੇ ਕੀਤੀ ਸੀਗੀ ਅਤੇ ਤੁਹਾਨੂੰ ਫਿਰ ਵੀ ਨਹੀਂ ਪਤਾ ਲੱਗਾ ਪੰਥ ਦੀ ਸਰਕਾਰ ਸੀ। ਉਸ ਤੋਂ ਬਾਅਦ ਜੇ ਧਰਨਾ ਲੱਗਾ ਸੀ ਤਾਂ ਧਰਨੇ ਨੂੰ ਸਾਂਭਣ ਦਾ ਤੁਹਾਡੇ ਕੋਲ ਤਰੀਕਾ ਹੋਣਾ ਚਾਹੀਦਾ ਸੀ। ਤੁਹਾਡਾ ਹੀ ਖਾਲਸਾ ਪੰਥ ਸੀ, ਤੁਹਾਡੀ ਕੌਮ ਸੀ, ਤੁਹਾਡਾ ਸਭ ਕੁਝ ਸੀ, ਤੁਸੀਂ ਵਿੱਚ ਬੈਠ ਕੇ ਮਨਾ ਲੈਂਦੇ ਉਹਨਾਂ ਨੂੰ, ਨਹੀਂ ਭਾਈ ਆਪਾਂ ਦੱਸੋ ਕੀ ਕਹਿੰਦੇ ਹੋ। ਉਹਨਾਂ ਨੇ ਕਿਹਾ CBI ਦੇ ਦਿਓ, ਤੁਸੀਂ ਦੇ ਦਿੱਤਾ, ਉਹ ਤਾਂ ਮੰਨ ਲਈ, ਪਰ ਗੱਲ ਹੈਗੀ ਹੈ ਕਿ ਫਿਰ ਵੀ ਸਾਡੀ ਡਿਊਟੀ ਵੀ ਬਣਦੀ ਸੀ। ਉੱਥੇ ਜੇ ਗੋਲੀ ਚੱਲੀ ਹੈ, ਹਾਲਾਤ ਕਿਉਂ ਬਣ ਗਏ, ਕਿੱਦਾਂ ਦੇ ਬਣ ਗਏ, ਤੁਸੀਂ ਲੋਕਾਂ ਨੂੰ ਕਨਵਿੰਸ ਕਰੋ ਵੀ ਹਾਲਾਤ ਇੱਦਾਂ ਬਣ ਗਏ ਸੀਗੇ ਜੀ, ਤਾਂ ਗੋਲੀ ਚੱਲ ਗਈ, ਤਾਂ 2 ਵਿਅਕਤੀਆਂ ਦੀ ਉੱਥੇ ਮੌਤ ਹੋ ਗਈ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਉਸ ਤੋਂ ਬਾਅਦ ਜਿਹੜੀਆਂ ਅਸੀਂ ਸਗਾ ਡਿਫੈਂਡ ਹੀ ਕਰਦੇ ਰਹੇ ਹਾਂ ਜੀ, ਉਸ 'ਤੇ ਆਪ ਡਿਫੈਂਡ ਕਰਦੇ ਰਹੇ। ਅਸੀਂ ਵੀ ਇਹ ਸੋਚਦੇ ਸੀਗੇ ਕਿ ਚਲੋ ਕਿਸੇ ਤਰੀਕੇ ਨਾਲ ਪਾਰਟੀ ਡਿਸਿਪਲਿਨ ਹੈ ਅਤੇ ਪਾਰਟੀ ਦਾ ਨੁਕਸਾਨ ਨਾ ਹੋਵੇ, ਕੁਛ ਕਰਦੇ ਸੀ ਅਸੀਂ ਕਨਵਿੰਸ ਕਰਨ ਦੀ। ਸੰਗਤ ਨਹੀਂ ਕਨਵਿੰਸ ਹੋਈ, ਇਹਦਾ ਮਤਲਬ ਜੇ ਨਹੀਂ ਕਨਵਿੰਸ ਹੋਈ ਤਾਂ ਹੁਣ ਕੋਈ ਰਾਹ ਤਾਂ ਲੱਭਣਾ ਪਊਗਾ। ਹੁਣ ਤਾਂ 8 ਸਾਲ ਹੋ ਚੱਲੇ ਆ, ਹੁਣ ਤਾਂ ਲੋਕ ਸਾਨੂੰ ਉਹ ਵੀ ਨਹੀਂ ਮੰਨਦੇ ਜੇ ਅਸੀਂ 8 ਸਾਲ ਬਾਅਦ ਕਹਿੰਦੇ ਅਸੀਂ ਮਾਫ਼ੀ ਮੰਗ ਲੈਂਦੇ, ਲੋਕ ਕਹਿੰਦੇ ਹੁਣ ਤੁਹਾਨੂੰ ਹੁਣ ਚੇਤਾ ਆ। ਦੇਖੋ ਕਈ ਗੱਲਾਂ ਨੇ ਜਿਹੜੀਆਂ ਲੋਕ, ਪਰ ਚਲੋ ਅਸੀਂ ਲੋਕ ਉਹਨਾਂ ਦੀ ਵੀ ਗੱਲ ਛੱਡੀਏ, ਸਾਡੇ ਮਨ ਨੂੰ ਤਸੱਲੀ ਹੋ ਜੇ ਵੀ ਅਸੀਂ ਤਾਂ ਕਹੀਏ ਵੀ ਚਲੋ ਸਾਡਾ ਮਨ ਹਲਕਾ ਹੋ ਜਾਵੇ, ਵੀ ਅਸੀਂ ਜਿਹੜੀ ਸਾਡੇ ਮਨ 'ਚ ਇੱਕ ਭਾਰ ਪਿਆ ਹੋਇਆ ਉਹਨੂੰ ਹਲਕਾ ਕਰ ਲਈਏ। ਬੀਬੀ ਜੀ, ਮੇਰੇ ਮਨ 'ਚ ਇੱਕ ਸਵਾਲ ਹੈਗਾ ਆ ਇਸ ਮਾਮਲੇ ਨੂੰ ਲੈ ਕੇ, ਰਾਮ ਰਹੀਮ ਦੇ ਮਾਮਲੇ ਨੂੰ ਲੈ ਕੇ। ਜਦੋਂ ਸਾਰੀ ਘਟਨਾ ਹੁੰਦੀ ਹੈ, 2012 ਵਾਲੀ ਗੱਲ ਵੀ ਹੁੰਦੀ ਆ, ਉਸ ਤੋਂ ਬਾਅਦ ਅਚਾਨਕ SGPC ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਫ਼ ਕਰ ਦਿੱਤਾ ਜਾਂਦਾ, ਅਤੇ ਉਦੋਂ ਮੈਂਬਰਾਂ ਦੇ ਵਿੱਚ ਤਾਂ ਤੁਸੀਂ ਵੀ ਸੀਗੇ, ਫਿਰ ਤੁਸੀਂ ਇਹਦਾ ਵਿਰੋਧ ਕਿਉਂ ਨਹੀਂ ਕੀਤਾ ਉਦੋਂ? ਦੇਖੋ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਾਂ ਸਾਰੇ ਸਿੱਖ ਮੰਨਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਸੀ, ਐਗਜੈਕਟਿਵ ਕੰਮ ਕਰ ਰਹੀ ਸੀ, ਜਨਰਲ ਹਾਊਸ ਅਜੇ ਨੋਟੀਫਾਈ ਨਹੀਂ ਸੀ ਹੋਇਆ, ਚੋਣ ਨਵੀਂ ਨਵੀਂ ਹੋਈ ਸੀ 11 ਦੇ ਵਿੱਚ। ਅਤੇ ਉਸ ਵੇਲੇ ਫਿਰ ਇਹਨਾਂ ਨੇ ਕੀ ਕੀਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਐਲਾਨ ਕਰਤਾ ਮਾਫ਼ੀ ਦਾ। ਹੁਣ ਜਦੋਂ ਪੰਜ ਸਿੰਘ ਸਾਹਿਬਾਨ ਫੈਸਲਾ ਕਰਨਗੇ ਤਾਂ ਕੌਮ ਨੂੰ ਤਾਂ ਇਹ ਹੁਕਮ ਹੈ ਨਾ ਵੀ ਜੋ ਉੱਥੋਂ ਫੈਸਲਾ ਹੋਵੇ ਉਹ ਮਨਜ਼ੂਰ ਕਰਨਾ। ਸਾਨੂੰ ਇਹਨਾਂ ਨੇ ਮੀਟਿੰਗ 'ਚ ਬੁਲਾਇਆ, ਉੱਦਾਂ ਮੱਕੜ ਸਾਹਿਬ ਨੇ ਉੱਥੇ ਦੱਸਿਆ, ਅਤੇ ਅਸੀਂ ਸਾਰੇ ਅੰਦਰ ਗੱਲਾਂ ਕਰਨ ਲੱਗ ਪਏ ਮੈਂਬਰ ਸਾਰੇ,
ਵੀ ਇਹ ਗਲਤ ਹੋਇਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਿਹੜਾ ਹੋਇਆ ਮਾਫ਼ੀ ਦਾ ਇਹ ਨਹੀਂ ਹੋਣਾ ਚਾਹੀਦਾ ਸੀਗਾ। ਇਸ ਕਰਕੇ ਅਖਬਾਰਾਂ 'ਚ ਜਾਂ ਉੱਦਾਂ ਹੀ ਰੌਲਾ ਪਿਆ ਖਾਤੇ ਪਿਆ, ਤਾਂ ਹੀ ਦੂਜੇ ਤੀਜੇ ਦਿਨ ਉਹਨੂੰ ਵਾਪਸ ਲੈ ਲਿਆ ਹੁਕਮਨਾਮੇ ਨੂੰ, ਕਿਉਂਕਿ ਵਿਰੋਧ ਤਾਂ ਹੀ ਸੀ ਨਾ, ਤਾਂ ਹੀ ਵਾਪਸ ਲਿਆ। ਸੋ ਇਸ ਕਰਕੇ ਅਸੀਂ ਤਾਂ ਇਸ ਕਰਕੇ ਥੋੜ੍ਹਾ ਚੁੱਪ ਵੀ ਰਹੇ ਵੀ ਸਿੰਘ ਸਾਹਿਬਾਨ ਤੋਂ ਹੁਕਮ ਹੋਇਆ। ਅਤੇ ਦੂਜੀ ਗੱਲ ਸੀਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਿਰ ਵਾਪਸ ਲੈ ਲਿਆ ਗਿਆ, ਅਤੇ ਇਸ ਕਰਕੇ ਫਿਰ ਤਾਂ ਮਨ ਦੇ ਉੱਤੇ ਬੋਝ ਵੀ ਹੈਗਾ, ਪਰ ਨਹੀਂ ਇਸ ਕਰਕੇ ਚੁੱਪ ਰਹੇ। ਤੁਹਾਨੂੰ ਲੱਗਦਾ 8 ਸਾਲ ਬਾਅਦ ਜਿਹੜੀ ਮੰਗੀ ਮਾਫ਼ੀ ਹੈ ਉਹ ਕਿਤੇ ਨਾ ਕਿਤੇ ਅਕਾਲੀ ਦਲ ਦੇ ਹੱਕ ਦੇ ਵਿੱਚ ਭੁਗਤ ਸਕਦੀ ਹੈ ਕਿ ਨਹੀਂ? ਮਾਫ਼ੀ ਮੰਗੀ ਅਸੀਂ ਤਾਂ ਕਹਿੰਦੇ ਮੰਗ ਲੈਣੀ ਚਾਹੀਦੀ, ਤਾਂ ਜੋ ਕੰਮ ਸੋ ਕੰਮ ਅਕਾਲੀ ਦਲ ਦੇ ਵਰਕਰ ਤੇ ਸੰਤੁਸ਼ਟ ਹੋ ਜਾਣ। ਉਹ ਆਪ ਕਹਿੰਦੇ ਆ ਕਿ ਮੰਗ ਲੈਣੀ ਚਾਹੀਦੀ, ਅਕਾਲੀ ਦਲ ਦੇ ਵਰਕਰ ਕਹਿੰਦੇ ਆ ਮੰਗ ਲੈਣੀ ਚਾਹੀਦੀ। ਜੇ ਹੋਰ ਨਹੀਂ ਹੁੰਦੇ ਕਮ ਸੇ ਕਮ ਜਿਹੜੇ ਵਰਕਰ ਹੋਣਗੇ ਉਹਨਾਂ ਦੇ ਮਨ 'ਤੇ ਜਿਹੜਾ ਤਸੱਲੀ ਆ ਜੇ। ਬੀਬੀ ਜੀ ਇਹਨੂੰ ਹੁਣ ਐਂ ਕਹਿ ਦਈਏ ਕਿ ਕੋਈ ਸਿਆਸੀ ਸਟੰਟ ਆ, ਜਾਂ ਹੁਣ ਜਦੋਂ ਕੋਈ ਹੋਰ ਹੀਲਾ ਨਹੀਂ ਬਚਿਆ ਸੁਖਬੀਰ ਸਿੰਘ ਬਾਦਲ ਦੇ ਕੋਲ, ਉਦੋਂ ਇਹ ਇਖਤਿਆਰ ਕਰ ਲਿਆ ਕਿ ਚਲੋ ਹੁਣ ਮੈਂ ਮਾਫ਼ੀ ਮੰਗ ਲਵਾਂ, ਦੇਖ ਲੈਂਦਾ ਕੋਈ ਆ ਜਾਵੇ ਨਾਲ ਤਾਂ ਖੜ ਜਾਵੇ। ਚਲੋ ਇਹਦੇ 'ਚ ਮੈਂ ਉਹਨਾਂ ਦੇ ਮਨ ਦੀ ਅਵਸਥਾ ਨੂੰ ਮੈਂ ਤਾਂ ਨਹੀਂ ਦੱਸ ਸਕਦੀ, ਪਰ ਉਹ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਮਨ ਦੇ ਵਿੱਚ ਆਇਆ ਅਤੇ ਖੜੇ ਹੋ ਕੇ ਉਹਨਾਂ ਨੇ ਕਿਹਾ ਕਿ ਸਿਆਸੀ ਕਹਿ ਲਓ ਜਾਂ ਉਹਨਾਂ ਦੇ ਮਨ ਦੇ ਉੱਤੇ ਭਾਰ ਤਾਂ ਹੈਗਾ ਹੀ ਹੈ ਜੀ ਹਰ ਇੱਕ ਦੇ ਮਨ 'ਤੇ, ਇਹ ਤਾਂ ਨਹੀਂ ਕੋਈ ਕਹਿ ਸਕਦਾ। ਪਰ ਮੈਂ ਤਾਂ ਇਹ ਕਹਿੰਦੀ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾਣ ਤੋਂ ਕਿਉਂ ਡਰਦੇ ਆ? ਕੀ ਲੋੜ ਹੈ? ਜੇ ਆਪਾਂ ਗੁਰੂ ਕੋਲੋਂ ਵੀ ਲੁਕਾਉਣਾ ਹੈ ਉਹ ਤਾਂ ਅੱਗੋਂ ਦੇਖੇ ਪਿੱਛੋਂ ਦੇਖੇ ਤਾਂ ਇਸ 'ਤੇ ਕਿਆ ਛਪਾਵੇ, ਉਹ ਤੋਂ ਅਸੀਂ ਕੀ ਲੁਕੋ ਸਕਦੇ? ਉਹ ਤਾਂ ਅੱਗੋਂ ਪਿੱਛੋਂ ਸਾਰੇ ਕੁਝ ਦੇਖਦਾ, ਉਹ ਤਾਂ ਸਾਡੇ ਮਨ ਨੂੰ ਪੜ੍ਹਦਾ, ਕਹਿੰਦੇ ਬਿਨ ਬੋਲੇ ਸਭ ਕੁਛ ਜਾਣਦਾ ਕਿ ਸਾਗਿਆ ਕੀ ਚਰਦਾਸ। ਤੁਸੀਂ ਕਿਹੜਾ ਉੱਥੇ ਬੋਲ ਕੇ ਸੁਣਾਉਣਾ, ਲਿਖ ਕੇ ਦੇ ਦਿਓ, ਉਹਨਾਂ ਨੇ ਆਪੇ ਸਿੰਘ ਸਾਹਿਬਾਂ ਨਾਲ ਬੁਲਾ ਲੈਣਾ। ਅੱਛਾ, ਇਹ ਤਾਂ ਗੱਲਾਂ ਹੈਗੀਆਂ ਪੰਥ ਦੀਆਂ ਜਿਹੜੀਆਂ ਆਪਾਂ ਹੁਣ ਕੀਤੀਆਂ ਪੰਥਕ ਤੌਰ ਦੇ ਉੱਤੇ, ਹੁਣ ਗੱਲਾਂ ਕਰਦੇ ਹਾਂ ਜੋ ਸਿਆਸੀ ਪੱਧਰ 'ਤੇ ਚੱਲ ਰਿਹਾ। 2024 ਨਜ਼ਦੀਕ ਹੈ ਔਰ ਗੱਠਜੋੜ ਦੀਆਂ ਗੱਲਾਂ ਪਹਿਲਾਂ ਵੀ ਬਹੁਤ ਵਾਰੀ ਹੋ ਚੁੱਕੀਆਂ ਨੇ, ਪਰ ਇਸ ਇੱਕ ਚੀਜ਼ ਨੇ ਕਿ ਇਸ ਇੰਸੀਡੈਂਟਸ ਨੇ ਅਚਾਨਕ ਉਹ ਗੱਲਾਂ ਦੁਬਾਰਾ ਖੜੀਆਂ ਕਰ ਦਿੱਤੀਆਂ ਨੇ। ਜਦੋਂ ਦੇ ਢੀਂਡਸਾ ਸਾਹਿਬ ਨੇ ਥੋੜ੍ਹੀ ਨਰਮਾਈ ਵਰਤੀ ਹੈ ਉਸ ਤੋਂ ਬਾਅਦ ਗੱਲਾਂ ਵੱਧ ਗਈਆਂ ਨੇ। ਖਾਸ ਕਰਕੇ ਕਿਹਾ ਜਾ ਰਿਹਾ ਕਿ ਹੁਣ ਢੀਂਡਸਾ ਸਾਹਿਬ ਇੱਕ ਇਹੋ ਜਿਹਾ ਲਿੰਕ ਬਣਦੇ ਪਏ ਨੇ ਜਿਹੜਾ ਭਾਜਪਾ ਅਤੇ ਅਕਾਲੀ ਦਲ ਦੇ ਵਿੱਚ ਬਣੂਗਾ ਔਰ ਗੱਠਜੋੜ ਹੋ ਕੇ ਰਹੂਗਾ, ਔਰ ਬੀਬੀ ਜਗੀਰ ਕੌਰ ਜੀ ਦਾ ਵੀ ਨਾਮ ਇਸ ਦੇ ਵਿੱਚ ਆ ਰਿਹਾ। ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਇਵੈਂਟ? ਦੇਖੋ, ਜਦੋਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਲਾਇੰਸ ਕਰੇ, ਉਹ ਰਾਜਨੀਤਿਕ ਤੌਰ ਦੇ ਉੱਤੇ ਸਰਕਾਰਾਂ ਬਣਾਉਣ ਵਾਸਤੇ ਉਹਨਾਂ ਨੂੰ ਕਰਨਾ ਪੈਂਦਾ। ਪਰ ਮੈਂ ਸੋਚਦੀ ਹਾਂ ਕਿ ਸਾਨੂੰ ਪਹਿਲਾਂ ਆਪਣੀ ਪਾਰਟੀ ਦੀ ਮਜ਼ਬੂਤੀ ਵਾਸਤੇ ਤੁਰਨਾ ਚਾਹੀਦਾ। ਜੇ ਪਾਰਟੀ ਦੀ ਮਜ਼ਬੂਤੀ ਹੋਊਗੀ ਤਾਂ ਹੀ ਅਸੀਂ ਸੀਟਾਂ ਜਿੱਤਾਂਗੇ, ਜੇ ਪਾਰਟੀ ਮਜ਼ਬੂਤ ਨਾ ਹੋਏਗੀ ਤਾਂ ਸੀਟਾਂ ਕਿੱਦਾਂ ਜਿੱਤਾਂਗੇ? ਜੇ ਅਸੀਂ ਚਾਹੁੰਦੇ ਅਸੀਂ CM ਦੀ ਕੁਰਸੀ 'ਤੇ ਬਹਿਣਾ ਤਾਂ CM ਦੀ ਕੁਰਸੀ 'ਤੇ ਤਾਂ ਹੀ ਮਿਲੇਗੀ ਜੇ ਪਹਿਲਾਂ MLA ਜਿੱਤਣਗੇ, MLA ਤਾਂ ਜਿੱਤਣਗੇ। ਅਤੇ ਜੇ ਪਾਰਟੀ ਮਜ਼ਬੂਤ ਹੋਏਗੀ, ਪਾਰਟੀ ਤਾਂ ਮਜ਼ਬੂਤ ਹੋਣੀ ਹੈ ਜੇ ਪਹਿਲਾਂ ਗੁਰੂ ਸਾਡੇ ਉੱਤੇ ਟੁੱਟੇਗਾ। ਜੇ ਗੁਰੂ ਨੇ ਟੁੱਟੇਗਾ ਤਾਂ ਪਾਰਟੀ ਕਿੱਥੋਂ ਮਜ਼ਬੂਤ ਹੋਏਗੀ? ਸੋ ਅਲਾਇੰਸ ਦਾ ਚੱਕਰ ਨਾਲੋਂ ਪਹਿਲਾਂ ਸਾਨੂੰ ਮਜ਼ਬੂਤ ਹੋਣਾ ਚਾਹੀਦਾ, ਫਿਰ ਆਪਣੇ ਆਪ ਹੀ ਪਾਰਟੀਆਂ ਕੋਲ ਆਉਂਦੀਆਂ, ਤੁਹਾਡੇ ਉਹਨਾਂ ਦੀ ਵੀ ਲੋੜ ਹੁੰਦੀ। ਪਰ ਦਿੱਕਤ ਪਰੇਸ਼ਾਨੀ ਇਹ ਹੈ ਨਾ ਕਿ ਸ਼੍ਰੋਮਣੀ ਅਕਾਲੀ ਦਲ ਇੰਨਾ ਜ਼ਿਆਦਾ ਹੇਠਾਂ ਆ ਚੁੱਕਿਆ ਗ੍ਰਾਫ ਦੇ ਵਿੱਚ ਕਿ ਹੁਣ ਉਹਨੂੰ ਅਲਾਇੰਸ ਦੀ ਲੋੜ ਹੈਗੀ ਹੈ, ਜਾਂ ਮਤਲਬ ਉਹਨੂੰ ਲੋੜ ਹੈ ਕਿ ਕੋਈ ਹੱਥ ਫੜੇ ਤਾਂ ਹੀ ਪੰਜਾਬ 'ਚ ਖੜਾ ਹੋਇਆ ਜਾ ਸਕਦਾ? ਨਹੀਂ, ਰਾਜਨੀਤਿਕ ਅਲਾਇੰਸ ਤੋਂ ਤਾਂ ਮੈਨੂੰ ਹੈ ਹੀ ਨਹੀਂ ਵੀ ਨਾ ਕਰਨ ਜਿੰਨਾ ਮਰਜ਼ੀ, ਪਰ ਪਹਿਲਾਂ ਆਪਣਾ ਘਰ ਵੀ ਤਾਂ ਤਕੜਾ ਕਰੀਏ। ਜੇ ਘਰ ਤਕੜਾ, ਹਾਂ ਜੇ ਮੇਰੇ ਇਕੱਲੀ ਜਾਣ ਦੇ ਨਾਲ ਘਰ ਤਕੜਾ ਹੁੰਦਾ ਜਾਂ ਢੀਂਡਸਾ ਜੇ ਤਾਂ ਘਰ ਤਕੜਾ ਹੋਜੂ। ਜੇ ਤਾਂ ਕੋਈ ਸੋਚਦਾ ਵੀ ਦੋ ਬੰਦਿਆਂ ਦੇ ਜਾਣ ਨਾਲ ਘਰ ਤਕੜਾ ਹੋਜੂ, ਫਿਰ ਤਾਂ ਅਸੀਂ ਮੰਨ ਸਕਦੇ ਹਾਂ। ਪਰ ਜੇ ਜਦ ਤੱਕ ਆਮ ਲੋਕ ਜਿਹੜੇ ਹੈ, ਜਿਹੜੇ ਖੇਤਾਂ 'ਚ ਬੈਠੇ ਲੋਕ ਹੈ, ਜਿਹੜੇ
ਦਫ਼ਤਰਾਂ 'ਚ ਬੈਠੇ ਲੋਕ ਹੈ, ਜਦੋਂ ਤੱਕ ਉਹਨਾਂ ਦੇ ਮਾਇੰਡ ਵਾਸ਼ ਨਹੀਂ ਹੁੰਦੇ ਉਨੀ ਚਿਰ ਨਹੀਂ ਠੀਕ ਹੁੰਦਾ। ਪਰ ਬੀਬੀ ਦੀ ਗੱਲ ਉੱਥੇ ਆਉਂਦੀ ਹੈ ਨਾ ਕਿ ਟਕਸਾਲੀ ਅਕਾਲੀ ਜਿਹੜੇ ਸੀਗੇ ਉਹ ਪਾਰਟੀ ਤੋਂ ਅਲੈਦਾ ਹੋ ਗਏ, ਹੁਣ ਤੁਸੀਂ ਵੀ ਟਕਸਾਲੀ ਅਕਾਲੀ ਹੋ, ਤੁਸੀਂ ਪਾਰਟੀ ਤੋਂ ਅਲੈਦਾ ਹੋ ਗਏ, ਉਹਦੇ ਨਾਲ ਕਿਤੇ ਨਾ ਕਿਤੇ ਪਾਰਟੀ ਨੂੰ ਡਰੋਬੈਕ ਤਾਂ ਪਿਆ? ਡਰੋਬੈਕ ਤਾਂ ਨੈਚੁਰਲੀ ਆਉਣਾ, ਜਦੋਂ ਅਸੀਂ ਜੋ ਪਾਰਟੀ ਦੇ ਇਤਿਹਾਸ ਦੀਆਂ ਗੱਲਾਂ ਕਰਨੀਆਂ ਅਤੇ ਸਾਡੇ ਇਤਿਹਾਸ ਦੇ ਗੱਲਾਂ ਕਰਦੇ ਕਰਦੇ ਲੋਕ ਸਾਨੂੰ ਅੱਗੋਂ ਮੂੰਹ 'ਤੇ ਕਹਿੰਦੇ ਆ ਕਿ ਇਤਿਹਾਸ ਤਾਂ ਤੁਹਾਡਾ ਮਹਾਨ ਹੈ ਲੇਕਿਨ ਤੁਸੀਂ ਕੰਮ ਕਿਹੜੇ ਮਹਾਨ ਕੀਤੇ, ਉੱਥੇ ਆ ਕੇ ਸੱਟ ਵੱਜ ਜਾਂਦੀ, ਅਸੀਂ ਕਿਹੜੇ ਮੂੰਹ ਨਾਲ ਸਟੇਜਾਂ ਦੇ ਉੱਤੇ ਟਾਰਾ ਮਾਰਾਂਗੇ, ਕਿਹੜੇ ਮੂੰਹ ਨਾਲ ਕਹਾਂਗੇ ਅਸੀਂ ਗੁਰਮਤ ਦੀ ਗੱਲ ਕਰਾਂਗੇ, ਕਿਹੜੇ ਮੂੰਹ ਨਾਲ ਸਿਧਾਂਤ ਦੀ ਗੱਲ ਕਰਾਂਗੇ ਜਿਸ ਸਿਧਾਂਤ ਨੂੰ ਅਸੀਂ ਮੰਨਣਾ ਹੀ ਨਹੀਂ? ਤੇ ਹੁਣ ਤੁਸੀਂ ਇਹ ਦੇਖੋ, ਕੱਲ੍ਹ ਹੀ ਸੁਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੈਸੇ ਤਾਂ ਲੋੜ ਨਹੀਂ ਸੀ ਵੀ ਉੱਥੇ ਮਾਰਚ ਕੱਢਣ ਦੀ ਸਾਰਾ, ਕਿਉਂਕਿ ਇਹਨਾਂ ਨੇ ਸੋਚਿਆ ਵੀ ਸ਼੍ਰੋਮਣੀ ਅਕਾਲੀ ਦਲ ਸ਼ਾਇਦ ਇੰਨਾ ਨਾ ਕਰ ਸਕੇ ਇਕੱਲਿਆਂ, ਅਤੇ ਸ਼੍ਰੋਮਣੀ ਕਮੇਟੀ ਨੂੰ ਅੱਗੇ ਲਾਤੀ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਵੀ ਕਰਾਤਾ ਵੀ ਜਾਓ ਉੱਥੇ ਖਾਲਸਾ ਉਹ ਮਾਰਚ ਕੱਢੋ। ਜੇ ਤੁਸੀਂ ਫੈਸਲਾ ਕਰ ਹੀ ਲਿਆ ਸੀ, ਮੰਨ ਲਓ ਕਰ ਲਿਆ ਸੀ ਵੀ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਅਸੀਂ ਮਾਰਚ ਕੱਢਣਾ, 26 ਲੱਖ ਅਸੀਂ ਫਾਰਮ ਲਿਜਾਣਾ ਕਰ ਲਿਆ ਸੀ, ਅਤੇ ਉਹਨੂੰ ਫਿਰ ਤੁਸੀਂ ਇੱਕ ਮਿੰਟ ਵਿੱਚ ਖਤਮ ਕਰਤਾ, ਇਹ ਵੀ ਲੋਕਾਂ ਦੇ ਮਨਾਂ 'ਚ ਵੀ ਕਾਰਨ ਕੀ ਬਣਿਆ? ਉਹਦੇ ਵਿੱਚ ਲਿਖਤਾ ਕਾਲਕਾ ਸਾਹਿਬ ਦੀ ਚਿੱਠੀ ਆ ਗਈ। ਇੱਕ ਪਾਸੇ ਤੁਸੀਂ ਦਿੱਲੀ ਦੇ ਗੁਰਦੁਆਰੇ ਦੇ ਪ੍ਰਧਾਨ ਨੂੰ ਕਹਿੰਦੇ ਹੋ ਭਾਰਤੀ ਜਨਤਾ ਪਾਰਟੀ ਦੇ ਪ੍ਰੈਸ਼ਰ ਥੱਲੇ ਵੀ ਉਹ ਤਾਂ ਸਾਡਾ ਉਹਨਾਂ ਨੇ ਕਬਜ਼ੇ ਕਰ ਲਏ ਉੱਥੇ, ਇੱਕ ਪਾਸੇ ਤੁਸੀਂ ਉਹਦੀ ਚਿੱਠੀ ਨੂੰ ਅਜੇ ਇੰਨੀ ਮਹਾਨਤਾ ਦਿੱਤੀ ਕਿ ਐਡਾ ਵੱਡਾ ਈਵੈਂਟ ਸੀ ਤੁਹਾਡਾ ਤੁਸੀਂ ਖਤਮ ਕਰਕੇ ਬਹਿ ਗਏ, ਮਤਲਬ ਇਹਦੇ ਨਾਲ ਵੀ ਢਾਹ ਲੱਗੀ ਹੈ। ਇਹੋ ਹੀ ਤਾਂ ਗੱਲਾਂ ਨੇ ਜਿਹੜੀ ਤੁਸੀਂ ਗੱਲ ਕਰਦੇ ਹੋ ਉਹਨੂੰ ਤੁਸੀਂ ਯੂ ਟਰਨ ਕਰ ਜਾਂਦੇ, ਜਿਹੜੀ ਗੱਲ ਕਰਦੇ ਹੋ ਯੂ ਟਰਨ, ਕਿਉਂਕਿ ਸਾਡੇ ਕੋਲ ਉੱਥੇ ਆਵਾਜ਼ ਉਠਾਉਣ ਵਾਸਤੇ ਮੁੱਦਾ ਨਹੀਂ। ਬੀਬੀ ਜੀ, ਇੱਕ ਸਵਾਲ ਪ੍ਰੋਮੀਨੈਂਟ ਇਹੋ ਜਿਹਾ ਚੱਲਦਾ ਪਿਆ ਜਿਹੜਾ ਮੈਂ ਪੁੱਛਣਾ ਜ਼ਰੂਰੀ ਸਮਝਦਾ ਹਾਂ ਤੁਹਾਨੂੰ, ਕਿਉਂਕਿ ਉਹ ਤੁਹਾਡੇ ਮੁਤਲਕ ਹੀ ਸਵਾਲ ਹੈਗਾ ਆ। ਬੀਬੀ ਜੀ ਅਕਾਲੀ ਦਲ ਤੋਂ ਵੱਖ ਹੋਏ, ਅਕਾਲੀ ਦਲ ਤੁਸੀਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਅਕਾਲੀ ਦਲ ਨੇ ਮੈਨੂੰ ਕੱਢ ਦਿੱਤਾ, ਉਸ ਤੋਂ ਬਾਅਦ ਕੀ ਬੀਬੀ ਜੀ ਅਜੇ ਤੱਕ ਇਸ ਕਰਕੇ ਰੁਕੇ ਹੋਏ ਹੈ ਕਿ ਕਿਤੇ ਪ੍ਰਧਾਨਗੀ ਦਾ ਆਫਰ ਆ ਜਾਵੇ? ਦੇਖੋ, ਪ੍ਰਧਾਨਗੀ ਦਾ ਕੋਈ ਬੰਦਾ ਕਿਸੇ ਨੂੰ ਦੇ ਹੀ ਨਹੀਂ ਸਕਦਾ, ਉਹ ਗੁਰੂ ਰਾਮਦਾਸ, ਸ਼੍ਰੀ ਗੁਰੂ ਰਾਮਦਾਸ ਜੀ ਦਾ ਦਰ ਹੈ, ਅਤੇ ਜਦੋਂ ਉਹਨੇ ਟੁੱਟਣਾ ਜੀ ਉਹ ਸੇਵਾਵਾਂ ਮਿਲਣੀਆਂ, ਮੈਂ ਤਾਂ ਇਸ 'ਤੇ ਵਿਸ਼ਵਾਸ ਕਰਦੀ ਹਾਂ। ਪਾਰਟੀ ਦੀ ਸੇਵਾ ਅਸੀਂ ਉਦੋਂ ਵੱਧ ਚੜ੍ਹ ਕੇ ਕਰ ਸਕਦੇ ਹਾਂ ਜਦੋਂ ਕੌਮ ਸਾਡੀ ਸੇਵਾ ਨੂੰ ਪ੍ਰਵਾਨ ਕਰਦੀ ਹੋਵੇ, ਅਤੇ ਮੰਗਿਆ ਤਾਂ ਕੁਛ ਮਿਲਦਾ ਨਹੀਂ ਜੀ, ਸਾਡੇ ਕੋਲ 170 ਮੈਂਬਰ ਆ, ਖਰੇ ਕਿਹਦਾ ਕਿਹਦਾ ਜੀ ਕਰਦਾ ਹੋਵੇ, ਕਈ ਮੈਂਬਰ ਨੇ ਸੀਨੀਅਰ ਮੈਂਬਰ ਵੀ ਹੈਗੇ ਨੇ ਕਈ। ਇਹ ਕਰਕੇ ਤੁਸੀਂ ਇਹ ਬਖਸ਼ਾਂ ਜਿਹੜੀਆਂ ਸੇਵਾ ਹੁੰਦੀ ਹੈ ਨਾ ਜੀ, ਇਹ ਕਿਸੇ ਮੰਗਿਆ ਨਹੀਂ ਮਿਲਦੀ, ਇਹ ਤਾਂ ਜੇ ਤੁਹਾਡੇ ਭਾਗਾਂ 'ਚ ਲਿਖੀ ਹੈ ਤਾਂ ਮਿਲਣੀ, ਨਹੀਂ ਤਾਂ ਨਹੀਂ। ਬਸ ਬੀਬੀ ਜੀ, ਔਰ ਜ਼ਰੂਰ ਇੱਕ ਪਾਸੇ ਤਾਂ ਇਸ ਮਾਮਲੇ ਨੂੰ ਲੈ ਕੇ ਹੁਣ ਚਰਚਾਵਾਂ ਵੱਧਦੀਆਂ ਪਈਆਂ ਨੇ, ਜਿਸ ਕਿਸੇ ਨੇ ਵੀ ਇਹ ਸੁਣਿਆ ਆ ਸੁਖਬੀਰ ਸਿੰਘ ਬਾਦਲ ਨੇ ਜੋ ਬੋਲਿਆ ਆ, ਮੁਆਫ਼ੀ ਮੰਗੀ ਹੈ, ਉਸ ਤੋਂ ਬਾਅਦ ਹਾਲਾਤ ਸਿਆਸੀ ਪੱਧਰ ਦੇ ਉੱਤੇ ਬਦਲਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਵਿੱਚ। 2024 ਤੋਂ ਪਹਿਲਾਂ ਹੋਰ ਕੀ ਕੁਝ ਹੋਵੇਗਾ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ, ਉਦੋਂ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ 'ਤੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।